ਬੈਠੇ ਹੋਣ। ਜਿੱਥੇ ਪਹਿਲਾਂ ਚਿੱਤਰਕਾਰੀ ਦੀ ਚਰਚਾ ਪ੍ਰੋਗਰਾਮ ਦੇ ਦੌਰਾਨ ਵੀ ਹੁੰਦੀ ਰਹੀ, ਉੱਥੇ ਹਰਜੋਤ ਸਿੰਘ ਹੁਣੀ ਇਸ ਵਕਤ ਰੂਬਰੂ ਕਰ ਰਹੇ ਨੇ ਸਰਦਾਰ ਜਰਨੈਲ ਸਿੰਘ ਹੁਣਾਂ ਨੂੰ, ਜਿਹੜੇ ਕਿ ਸਰੀ ਦੇ ਵਿੱਚ ਇਸ ਵਕਤ ਵੱਸਦੇ ਨੇ। ਸਰਕਾਰੀ ਦਰਬਾਰੇ ਵੀ ਉਹਨਾਂ ਦੀ ਪੂਰੀ ਝੰਡੀ ਹੈ ਜੀ, ਨਾਮ ਦੇ ਨਾਲ ਨਾਮਾ ਵੀ ਖੱਟ ਰਹੇ ਨੇ, ਇਹ ਗੱਲ ਉਹਨਾਂ ਨੇ ਖੁੱਲ੍ਹ ਕੇ ਮੰਨੀ ਹੈ ਮੁਸਕਰਾਉਂਦੇ ਹੋਏ। ਪਰਿਵਾਰ ਦੇ ਵਿੱਚ ਵੀ ਪੂਰੀ ਚੜ੍ਹਦੀ ਕਲਾ ਰੰਗ ਭਾਗ ਲੱਗੇ ਹੋਏ ਨੇ। ਬੇਟਾ ਜਿਹੜਾ ਉਹ ਸੁੱਖ ਨਾਲ ਬਹੁਤ ਵਧੀਆ ਫੋਟੋਗ੍ਰਾਫੀ ਕਰ ਲੈਂਦਾ, ਅਤੇ ਨਾਲ ਨਾਲ ਜਿਹੜੀ ਬੇਟੀ ਹੈ ਉਹ ਕਾਫੀ ਸਰਮੌਰ ਗ੍ਰਾਫਿਕ ਡਿਜ਼ਾਈਨਰ ਹੈ। ਇਹਨਾਂ ਦੇ ਜਿਹੜੇ ਧਰਮ ਪਤਨੀ ਨੇ ਬੀਬਾ ਬਲਜੀਤ ਕੌਰ ਜੀ, ਉਹਨਾਂ ਦੀਆਂ ਬਣੀਆਂ ਹੋਈਆਂ ਜੋ ਜਿਹੜੀਆਂ ਪੇਂਟਿੰਗਸ ਨੇ ਉਹ ਵੀ ਕੱਲ੍ਹ ਪ੍ਰੋਗਰਾਮ ਦੇ ਵਿੱਚ ਨਮਾਇਆ ਹੋਈਆਂ। ਬਾਕੀ ਜਿਹੜੀ ਪ੍ਰਦਰਸ਼ਨੀ ਦੇ ਵਿੱਚ ਜਿਹੜੀ ਚਿੱਤਰਕਾਰੀ ਉਹ ਖਾਸ ਤੌਰ 'ਤੇ ਉਹ ਸਰਦਾਰ ਜਰਨੈਲ ਸਿੰਘ ਹੁਣਾਂ ਦੀ ਆਪਣੀ ਜਿਹੜੀ ਚਿੱਤਰਕਾਰੀ ਹੈ ਉਹ ਉਸ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਤੁਸੀਂ ਉਸਦਾ ਆਨੰਦ ਮਾਣਿਆ। ਆਉਂਦੇ ਸ਼ੁੱਕਰਵਾਰ ਨੂੰ ਉਹ ਟਰਮਰਿਕ ਨਾਂ ਦਾ ਜਿਹੜਾ ਇੰਡੀਅਨ ਰੈਸਟੋਰੈਂਟ ਹੈ ਹੈਮਿਲਟਨ ਦੇ ਵਿੱਚ, ਉੱਥੇ ਇਹਨਾਂ ਨੂੰ ਰੂਬਰੂ ਜ਼ਰੂਰ ਕੀਤਾ ਜਾਏਗਾ। 30 ਤੋਂ 40 ਲੋਕਾਂ ਦੇ ਬਹਿਣ ਦੀ ਸਮਰੱਥਾ ਹੈ ਜੀ। ਉੱਥੇ ਜੁਗਰਾਜ ਮਾਹਲ ਇਸ ਨੂੰ ਮੇਜ਼ਬਾਨੀ ਕਰਨਗੇ ਇਸ ਦੀ, ਔਰ ਬਹੁਤ ਜਲਦ ਉਸਦਾ ਜਿਹੜਾ ਪੋਸਟਰ ਹੈ ਜਾਂ ਜਾਣਕਾਰੀ ਹੈ ਉਹ ਅਸੀਂ ਰੇਡੀਓ ਸਪਾਈਸ ਅਤੇ ਵੱਖ ਵੱਖ ਅਦਾਰਿਆਂ ਵੱਲੋਂ ਜ਼ਰੂਰ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਚੱਲਾਂਗੇ। ਬਹਰਹਾਲ ਪਰਮਿੰਦਰ ਪਾਪਾ ਟੋਏ ਟੋਏ ਨਾਲ ਹਰਜੋਤ ਸਿੰਘ ਜਿਹੜੇ ਨੇ, ਇਹ ਵਿਸ਼ੇਸ਼ ਤੌਰ 'ਤੇ ਗੱਲਬਾਤ ਜਿਹੜੀ ਹੈ ਉਸ ਨੂੰ ਅਸੀਂ ਜਾਰੀ ਰੱਖਾਂਗੇ। ਸਰਦਾਰ ਜਰਨੈਲ ਸਿੰਘ ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਵਕਤ ਬੈਠੇ ਹੋਏ ਨੇ, ਔਰ ਇਹਨਾਂ ਦੇ ਨਾਲ ਗੱਲਾਂਬਾਤਾਂ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਜੀ। ਧੰਨਵਾਦ ਭਾਅ ਜੀ। ਅਤੇ ਚਿੱਤਰਕਾਰੀ ਦੇ ਨਾਲ ਨਾਲ ਮੈਂ ਕਹਿੰਦਾ ਵੀ ਇੱਕ ਪੱਖ ਇਹਨਾਂ ਦਾ ਲੁਕਿਆ ਰਹਿ ਜਾਂਦਾ, ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਹੋਊਗਾ, ਕਿਉਂਕਿ ਅਕਸਰ ਇੰਟਰਵਿਊ 'ਚ ਜਿੱਦਾਂ ਆਪਾਂ ਜਿੰਨਾ ਤੱਕ ਮੈਂ ਸੁਣੀਆਂ ਆ ਵੀ ਚਿੱਤਰਕਾਰੀ ਨਾਲ ਰਿਲੇਟਡ ਬਹੁਤ ਗੱਲਾਂ ਨੇ ਇਹਨਾਂ ਨੇ ਸ਼ੇਅਰ ਕੀਤੀਆਂ ਨੇ, ਪਰ ਉਸ ਦੇ ਨਾਲ ਨਾਲ ਇਹਨਾਂ ਨੇ ਕਾਫੀ ਚਿੱਤਰਕਾਰਾਂ ਬਾਰੇ ਲਿਖਿਆ ਆ, ਉਹਦੇ ਵਿੱਚ ਪੰਜਾਬੀ ਨਹੀਂ, ਉਹਦੇ ਨਾਲ ਜਿਹੜੇ ਪੰਜਾਬ ਤੋਂ ਬਾਹਰ ਨੇ ਜਾਂ ਯੂਰਪੀਅਨ ਨੇ ਜਾਂ ਹੋਰ ਮੂਲ ਦੇ, ਜਿਹਨਾਂ ਨੇ ਇਹਨਾਂ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਜਿਹਨਾਂ ਦੀ ਕਲਾ ਨੂੰ ਇਹ ਬੜੀ ਨੇੜਿਓਂ ਹੋ ਕੇ ਦੇਖਦੇ ਨੇ ਜੀ, ਤੇ ਉਹਨਾਂ ਬਾਰੇ ਮੈਂ ਕਹਿੰਦਾ ਆਪਾਂ ਨੂੰ ਥੋੜਾ ਜਿਹਾ ਇਹਨਾਂ ਨਾਲ ਪੁੱਛਦੇ ਆ ਵੀ ਹੁਣ ਤੱਕ ਵੀ ਕਿੰਨੇ ਚਿੱਤਰਕਾਰਾਂ ਬਾਰੇ ਲਿਖਿਆ, ਕਿਉਂਕਿ ਮੈਨੂੰ ਪਤਾ ਵੀ ਤੁਸੀਂ ਪੰਜਾਬੀ ਟ੍ਰਿਬਿਊਨ ਵਿੱਚ, ਜੇ ਮੈਂ ਗਲਤ ਨਹੀਂ ਹੈਗਾ ਤਾਂ, ਤੇ ਤੁਸੀਂ ਲਿਖਦੇ ਰਹੇ ਹੋ ਤੇ ਉਹਦੀ ਕਿਤਾਬ ਵੀ। ਵੈਸੇ ਬਹੁਤ ਵੱਡੀ ਗੱਲ ਆ ਹਰਜੋਤ ਜੀ, ਇਹ ਤੁਸੀਂ ਇਹ ਦੇਖੋ ਵੀ ਇੱਕ ਚਿੱਤਰਕਾਰ ਹੋਣਾ ਪੂਰੀ ਤਰ੍ਹਾਂ ਵੱਖਰਾ ਫਨ ਹੈ, ਹਾਂਜੀ, ਔਰ ਜੇ ਕੁਦਰਤ ਨੇ ਸਮਰੱਥਾ ਬਖਸ਼ੀ ਹੋਵੇ ਨਾਲ ਨਾਲ ਲੇਖਕ ਹੋਣਾ, ਇਹ ਬਹੁਤ ਵੱਡੀ ਗੱਲ ਹੈ। ਸੋ ਇਹਦਾ ਜਵਾਬ ਜਰਨੈਲ ਸਿੰਘ ਜਿਹੜੇ ਨੇ ਉਹ ਖੁਦ ਸਟੂਡੀਓ ਦੇ ਵਿੱਚ ਲਾਈਵ ਹੁਣ ਸਾਂਝਾ ਕਰਨਗੇ। ਹਾਂਜੀ, ਮੇਰਾ ਲੇਖਣੀ ਦਾ ਸਫ਼ਰ ਮੈਨੂੰ ਲੱਗਦਾ ਵੀ 74-75 ਤੋਂ ਸ਼ੁਰੂ ਹੋਇਆ। ਮੈਂ ਉਦੋਂ ਇੱਕ ਕਿਤਾਬ ਪੜ੍ਹ ਰਿਹਾ ਸੀਗਾ, ਰਾਈਟਿੰਗ ਆਫ ਵਨ ਨਾਵਲ। ਅੱਛਾ, ਉਹਦੇ ਵਿੱਚ ਸੀ ਕਿ ਉਹ ਕਿਤਾਬ ਇਰਵਿੰਗ ਵੈਲਸ ਇੱਕ ਰਾਈਟਰ ਆ ਅਮੈਰੀਕਨ, ਉਹਨੇ ਇੱਕ ਨਾਵਲ ਲਿਖਿਆ ਸੀ ਦ ਪ੍ਰਾਈਜ਼, ਉਹ ਸੀ ਨੋਬਲ ਪ੍ਰਾਈਜ਼ ਬਾਰੇ। ਅੱਛਾ ਜੀ। ਔਰ ਉਹ ਕਿਤਾਬ ਪੜ੍ਹ ਕੇ ਮੈਨੂੰ ਇਹ ਪਤਾ ਲੱਗਾ ਵੀ ਜਿਸ ਤਰ੍ਹਾਂ ਨੋਬਲ ਪ੍ਰਾਈਜ਼ ਜਾਂ ਹੋਰ ਇਨਾਮਾਂ ਦੇ ਪਿੱਛੇ ਕਿਹੋ ਜਿਹੀ ਸਿਆਸਤ ਚੱਲਦੀ ਆ, ਇਨਾਮ ਕਿਵੇਂ ਦਿੱਤੇ ਜਾਂਦੇ ਨੇ, ਉਹ ਮੈਨੂੰ ਬਹੁਤ ਵਧੀਆ ਲੱਗਿਆ। ਔਰ ਮੈਂ ਸੋਚਿਆ ਵੀ ਇਹ ਜਾਣਕਾਰੀ ਜਿਹੜੀ ਆ ਆਪਣੇ ਲੋਕਾਂ ਨਾਲ ਸਾਂਝੀ ਕਰਨੀ ਚਾਹੀਦੀ ਆ। ਚਲੋ, ਮੈਂ ਆਰਟੀਕਲ ਲਿਖਿਆ ਵੀ ਸਾਹਿਤ ਅਤੇ ਕਲਾ ਦੇ ਖੇਤਰ ਵਿੱਚ ਰਾਜਨੀਤੀ, ਔਰ ਉਹ ਮੈਂ ਲਿਖ ਕੇ ਆਪਣਾ ਪ੍ਰੀਤ ਲੜੀ ਨੂੰ ਭੇਜ ਦਿੱਤਾ। ਅਤੇ ਬਹੁਤ ਵੱਡੀ ਗੱਲ ਹੈ ਵੈਸੇ ਪ੍ਰੀਤ ਲੜੀ ਦੇ ਵਿੱਚ, ਪ੍ਰੀਤ ਲੜੀ ਨੂੰ ਭੇਜ ਦਿੱਤਾ। ਅਤੇ ਕੁਛ ਦਿਨਾਂ ਬਾਅਦ ਨਵਤੇਜ ਹੋਰਾਂ ਦੀ ਚਿੱਠੀ ਆ ਗਈ ਵੀ ਸਾਨੂੰ ਆਰਟੀਕਲ ਲੱਗਿਆ, ਬਹੁਤ ਵਧੀਆ ਆਰਟੀਕਲ ਆ, ਔਰ ਅਸੀਂ ਇਹਨੂੰ ਛਾਪਾਂਗੇ ਜੀ। ਅਤੇ ਸੋ ਮੇਰਾ ਪਹਿਲਾ ਆਰਟੀਕਲ ਜੋ ਮੈਂ ਲਿਖਿਆ ਸੀ ਉਹ ਪ੍ਰੀਤ ਲੜੀ ਦੇ ਵਿੱਚ ਛਪਿਆ। ਅਤੇ ਉਸ ਤੋਂ ਬਾਅਦ ਮੈਂ ਫਿਰ ਕਦੇ ਪੰਜਾਬੀ ਟ੍ਰਿਬਿਊਨ ਔਰ ਅਜੀਤ ਦੇ ਵਿੱਚ, ਪਹਿਲਾਂ ਅਜੀਤ ਦੇ ਵਿੱਚ ਲਿਖਿਆ, ਉਹਦੇ ਵਿੱਚ ਲਿਖਿਆ ਸੀਗਾ ਕਿ ਸਿੱਖ ਇਤਿਹਾਸ ਦੇ ਚਿੱਤੇਰੇ, ਸਿੱਖ ਇਤਿਹਾਸ ਚਿੱਤਰ ਵਾਲੇ ਕਲਾਕਾਰਾਂ ਦੀ ਸੰਖੇਪ ਜਾਣਕਾਰੀ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਕਲਾ ਬਾਰੇ, ਜਿਹਦੇ ਸਰਦਾਰ ਸੋਭਾ ਸਿੰਘ, ਸਰਦਾਰ ਕਿਰਪਾਲ ਸਿੰਘ, ਜੀ ਐਸ ਸੋਹ ਸਿੰਘ, ਐਸ ਜੀ ਠਾਕਰ ਸਿੰਘ, ਦਵਿੰਦਰ ਸਿੰਘ, ਫੂਲਾ ਰਾਣੀ, ਅਮੋਲਕ ਸਿੰਘ, ਇਹਨਾਂ ਬਾਰੇ ਸੀ। ਅੰਮ੍ਰਿਤਾ ਸ਼ੇਰਗਿੱਲ ਲਿਖੀ, ਨਹੀਂ ਅੰਮ੍ਰਿਤਾ ਸ਼ੇਰਗਿੱਲ ਬਾਰੇ ਲਿਖਿਆ ਕਿਉਂਕਿ ਉਹਨੇ ਸਿੱਖ ਇਤਿਹਾਸ ਦਾ ਨਹੀਂ ਕੀਤਾ, ਉਹਨੇ ਪੰਜਾਬੀ ਜਨ ਜੀਵਨ ਦਾ ਕੀਤਾ ਜੀ। ਚਲੋ, ਇੱਦਾਂ ਫਿਰ ਅਕਸਰ ਮੈਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਈ ਵਾਰੀ ਨੁਮਾਇਸ਼ਾਂ ਦੇ ਰਿਵਿਊ ਕਰਨੇ, ਅਜਾਇਬ ਚਿੱਤਰਕਾਰ ਹੋਰਾਂ ਦੀ ਲੁਧਿਆਣੇ ਨੁਮਾਇਸ਼ ਲੱਗੀ ਉਹਦੇ ਬਾਰੇ ਲਿਖਿਆ, ਫਿਰ ਠਾਕੁਰ ਦਲੀਪ ਸਿੰਘ ਫੋਟੋਗ੍ਰਾਫਰ ਨੇ ਉਹਨਾਂ ਦੀ ਫੋਟੋਗ੍ਰਾਫੀ ਦੀ ਨੁਮਾਇਸ਼ ਬਾਰੇ ਅਕਸਰ, ਫਿਰ ਉਹ ਲਿਖਣ ਦਾ ਸਿਲਸਿਲਾ ਥੋੜ੍ਹਾ ਲਗਾਤਾਰ ਸ਼ੁਰੂ ਹੋ ਗਿਆ। ਅਤੇ ਇੱਕ ਵਾਰੀ ਮੈਨੂੰ ਯਾਦ, ਮੈਂ ਉਦੋਂ ਗੁਰਭਜਨ ਸਿੰਘ ਭੁੱਲਰ ਹੁੰਦੇ ਸੀਗੇ ਐਡੀਟਰ ਪੰਜਾਬੀ ਟ੍ਰਿਬਿਊਨ ਦੇ, ਅਤੇ ਮੈਂ ਉਹਨਾਂ ਨੂੰ ਮਿਲਣ ਗਿਆ ਅਤੇ ਚਲੋ ਗੱਲਬਾਤ ਹੋਈ, ਚਾਹ ਪਾਣੀ ਪੀਤਾ। ਉਹ ਕਹਿੰਦੇ ਨਿਕੰਮਾ ਬੰਦਾ ਤੂੰ। ਮੈਂ ਕਿਹਾ ਜੀ ਕੀ ਗੱਲ ਹੋਈ, ਕਹਿੰਦੇ ਤੂੰ ਲਿਖਿਆ ਕਰ ਤੂੰ। ਅਤੇ ਮੈਂ ਕਿਹਾ ਠੀਕ ਹੈ, ਪਰ ਸ਼ਰਤ ਇੱਕ ਆ, ਤੁਸੀਂ ਛਾਪਿਆ ਕਰੋਗੇ? ਹਾਂ, ਨਹੀਂ ਮੈਂ ਕਿਹਾ ਮੈਂ ਲਿਖੂੰਗਾ ਜ਼ਰੂਰ, ਪਰ ਦੋ ਗੱਲਾਂ ਆ, ਇੱਕ ਤਾਂ ਇਹ ਛਪੂਗਾ ਐਤਵਾਰ ਨੂੰ,
ਤੇ ਦੂਜਾ ਰੰਗਦਾਰ ਛਪੂਗਾ। ਉਹ ਕਹਿੰਦੇ ਠੀਕ ਹੈ ਸ਼ੁਰੂ ਕਰ ਦੇ। ਲਓ ਜੀ ਉਹ ਫਿਰ ਮੈਂ 30 ਆਰਟੀਕਲ ਲਿਖੇ ਲਗਾਤਾਰ, ਹਰ ਹਫ਼ਤੇ ਐਤਵਾਰ ਦੇ ਅੰਕ ਦੇ ਵਿੱਚ ਛਪਦੇ ਸੀ ਰੰਗਦਾਰ। ਦੋ ਸਫ਼ੇ ਮੈਂ ਲਿਖਦਾ ਹੁੰਦਾ ਸੀ ਜੀ ਉਹਦੇ ਵਿੱਚ। ਉਸ ਟਾਈਟਲ ਉਹ ਸੀਰੀਜ਼ ਦਾ ਸੀਗਾ ਮੇਰੇ ਮਨਪਸੰਦ ਚਿੱਤਰ ਅਤੇ ਚਿੱਤਰਕਾਰ। ਜੀ ਉਹਦੇ ਵਿੱਚ ਫਿਰ ਜਿਹੜੇ ਮੇਰੇ ਮਨਪਸੰਦ ਚਿੱਤਰਕਾਰ ਸੀਗੇ ਜਾਂ ਪੇਂਟਿੰਗ ਸੀਗੀਆਂ, ਉਹਦੇ ਵਿੱਚ ਜਿਵੇਂ ਮਾਈਕਲ ਐਂਜਲੋ ਦੇ ਬਾਰੇ ਲਿਖਿਆ, ਮੋਨਾਲੀਜ਼ਾ ਬਾਰੇ ਲਿਖਿਆ, ਕਿਆ ਬਾਤ, ਰੂਬਨਸ ਬਾਰੇ ਲਿਖਿਆ, ਆਪਣੇ ਜਿਹੜੇ ਭਾਰਤੀ ਆਰਟਿਸਟ ਰਾਜਾ ਰਵੀ ਵਰਮਾ ਬਾਰੇ ਲਿਖਿਆ, ਐਸ ਜੀ ਠਾਕੁਰ ਸਿੰਘ ਬਾਰੇ ਲਿਖਿਆ, ਉਸ ਟਾਈਮ ਬੜੀ ਵੱਖਰੀ ਜਾਣਕਾਰੀ ਚਿੱਤਰਕਾਰਾਂ ਬਾਰੇ ਲਿਖਿਆ, ਮਤਲਬ ਕਿ ਜਿਹੜੇ ਜਿਹੜੇ ਮੈਨੂੰ ਵਧੀਆ ਲੱਗਦੇ ਸੀਗੇ ਉਹਨਾਂ ਬਾਰੇ ਲਿਖਿਆ। ਔਰ ਉਦੋਂ ਫਿਰ ਬਹੁਤ ਚਿੱਠੀਆਂ ਆਈਆਂ ਬਈ ਬਹੁਤ ਵਧੀਆ ਕਾਲਮ ਆ, ਔਰ ਕਈ ਦੋਸਤਾਂ ਨੇ ਮਿਲਣਾ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਤੇਰਾ ਆਰਟੀਕਲ ਪੜ੍ਹ ਕੇ ਪਤਾ ਲੱਗਾ ਵੀ ਮੋਨਾਲੀਜ਼ਾ ਕਿਉਂ ਵਧੀਆ ਹੈ, ਇਹਦੇ ਵਿੱਚ ਕੀ ਵਧੀਆ ਦੇਖਣ ਵਾਲੀ ਚੀਜ਼ ਹੈ ਲਿਖਤਾਂ। ਬਿਲਕੁਲ। ਤੇ ਉਹਦੀ ਫਿਰ ਬਾਅਦ ਦੇ ਵਿੱਚ ਲੋਕ ਗੀਤ ਪ੍ਰਕਾਸ਼ਨ ਯੂਨੀ ਸਟਾਰ ਵਾਲਿਆਂ ਨੇ ਕਿਤਾਬ ਵੀ ਛਾਪੀ, ਬਹੁਤ ਵਧੀਆ ਪੁਸਤਕ ਛਾਪੀ, ਵਿੱਚ ਕਲਾਕਾਰਾਂ ਦੇ ਚਿੱਤਰ ਵੀ ਨੇ, ਕਲਾਕਾਰਾਂ ਦੀਆਂ ਪੇਂਟਿੰਗ ਦੇ ਚਿੱਤਰ ਵੀ ਨੇ, ਅਤੇ ਹਰ ਕਲਾਕਾਰ ਬਾਰੇ 2 ਸਫ਼ੇ ਮੈਂ ਲਿਖਦਾ ਹੁੰਦਾ ਸੀ ਜਿਹਦੇ ਵਿੱਚ ਉਹਦਾ ਸੰਖੇਪ ਜੀਵਨੀ ਔਰ ਉਹਦੇ ਜਿਹੜੇ ਚਿੱਤਰਾਂ ਦੀ ਵਿਸ਼ੇਸ਼ਤਾ ਹੀ ਔਰ ਉਹਦਾ ਸਟਾਈਲ ਔਰ ਕੋਈ ਚਿੱਤਰ ਦੀ ਕੀ ਖਾਸੀਅਤ ਆ। ਔਰ ਉਹ ਇੰਨਾ ਸੰਖੇਪ ਹੁੰਦਾ ਸੀ ਵੀ ਉਹ ਭੁੱਲਰ ਕਹਿੰਦਾ ਹੁੰਦਾ ਵੀ ਸਾਨੂੰ ਇੱਕ ਲਾਈਨ ਵੀ ਨਹੀਂ ਕੱਟਣੀ ਪੈਂਦੀ, ਇੰਨਾ ਮਤਲਬ ਕੰਪੈਕਟ ਹੁੰਦਾ ਸੀਗਾ। ਅਸਲ 'ਚ ਉਹਨਾਂ ਦਾ ਆਪਣਾ ਸਾਹਿਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਆ। ਭੁੱਲਰ ਸਾਹਿਬ ਨੇ ਜਿੰਨੀ ਦੇਰ ਉਹਨਾਂ ਦੇ ਜਿਹੜਾ ਕਾਰਜਕਾਲ ਰਿਹਾ, ਹਾਂਜੀ, ਉਹਨਾਂ ਨੇ ਬਹੁਤ ਚੁਣਿੰਦਾ ਜਿਹੜੀਆਂ ਰਚਨਾਵਾਂ, ਖਾਸ ਕਰ ਜਿਹੜੀ ਐਤਵਾਰ ਦਾ ਹੁੰਦਾ ਸੀ ਨਾ ਅਖਬਾਰ, ਮੈਨੂੰ ਹਾਲੇ ਵੀ ਯਾਦ ਆ, ਮੈਂ ਵਿਸ਼ੇਸ਼ ਤੌਰ 'ਤੇ ਬੱਸ ਸਟੈਂਡ ਜਾ ਕੇ ਨਾ ਸਾਈਕਲ 'ਤੇ ਐਤਵਾਰ ਵਾਲਾ ਪੰਜਾਬੀ ਟ੍ਰਿਬਿਊਨ ਖਰੀਦ ਕੇ ਲਿਆਉਂਦਾ ਹੁੰਦਾ ਸੀ। ਇੰਗਲਿਸ਼ ਟ੍ਰਿਬਿਊਨ ਵੀ ਉਨਾ ਹੀ ਵਧੀਆ ਹੁੰਦਾ ਸੀ, ਸੰਡੇ ਵਾਲਾ ਜਿਹੜਾ ਐਡੀਸ਼ਨ ਹੁੰਦਾ ਸੀ, ਅਤੇ ਇੱਦਾਂ ਹੀ ਨਵਾਂ ਜ਼ਮਾਨਾ ਜਿਹੜਾ ਐਤਵਾਰ ਤਾ ਉਹ ਵੀ ਪੜ੍ਹਨ ਯੋਗ ਹੁੰਦਾ ਸੀ। ਸੋ ਸਾਹਿਤ ਦੇ ਜਿਹੜੇ ਪਿਆਰ ਕਰਨ ਵਾਲੇ ਲੋਕ ਸੀ ਉਹ ਸੰਡੇ ਨੂੰ ਨਿੱਠ ਕੇ ਇਹਨਾਂ ਅਖਬਾਰਾਂ ਨੂੰ ਪੜ੍ਹਦੇ ਹੁੰਦੇ ਸੀ। ਬਿਲਕੁਲ। ਔਰ ਉਹਦੇ ਨਾਲ ਨਾਲ ਫਿਰ ਮੈਂ ਪੰਜਾਬ ਯੂਨੀਵਰਸਿਟੀ ਟੈਕਸਟ ਬੁੱਕ ਵਾਲਿਆਂ ਨੇ ਇੱਕ ਬਾਲ ਸਾਹਿਤ ਸੀਰੀਜ਼ ਸ਼ੁਰੂ ਕੀਤੀ ਸੀ, ਬਾਲ ਸਾਹਿਤ, ਉਹ ਫਿਰ ਬੱਚਿਆਂ ਵਾਸਤੇ ਕਿਤਾਬਾਂ ਉਹਨਾਂ ਨੇ ਮਤਲਬ ਲਿਖਣੀਆਂ ਹੁੰਦੀਆਂ ਜੀ, ਔਰ ਉਹਦੇ ਵਿੱਚ ਵੀ ਮੈਂ ਇੱਕ ਛੋਟੇ ਬੱਚਿਆਂ ਦੀ ਸਮਝ ਵਿੱਚ ਆ ਜਾਣ ਵਾਲੀ ਸੌਖੀ ਪੰਜਾਬੀ ਦੇ ਵਿੱਚ ਜੀ ਪੰਜਾਬੀ ਚਿੱਤਰਕਾਰਾਂ ਬਾਰੇ, ਸੋਭਾ ਸਿੰਘ, ਕਿਰਪਾਲ ਸਿੰਘ, ਜੀ ਐਸ ਸੋਹਣ ਸਿੰਘ, ਐਸ ਜੀ ਠਾਕੁਰ ਸਿੰਘ, ਇਹਨਾਂ ਬਾਰੇ ਲਿਖਿਆ। ਸੋਭਾ ਸਿੰਘ ਹੁਣਾਂ ਨੂੰ ਨਿੱਜੀ ਤੌਰ 'ਤੇ ਵੈਸੇ ਮੌਕਾ ਮਿਲਿਆ, ਤੁਹਾਨੂੰ ਜੀ ਐਸ ਸੋਹਣ ਸਿੰਘ ਦਾ ਜ਼ਿਕਰ ਕੀਤਾ, ਤੁਸੀਂ ਸੋਭਾ ਸਿੰਘ ਦਾ ਜ਼ਿਕਰ ਕੀਤਾ, ਮਿਲਣ ਦਾ ਮੌਕਾ ਮਿਲਿਆ, ਜੀ ਐਸ ਸੋਹਣ ਸਿੰਘ ਹੋਰਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਸੋਭਾ ਸਿੰਘ ਹੋਰ ਤਾਂ ਉੱਥੋਂ ਚੰਡੀਗੜ੍ਹ ਸਾਡੇ ਘਰ ਵੀ ਆਏ, ਔਰ ਮੈਨੂੰ ਯਾਦ ਆ ਅਸੀਂ ਤਾਂ ਮਤਲਬ ਬਿਲਕੁਲ ਸਾਡੇ ਦਾ ਚਾਅ ਨਹੀਂ ਸੀ ਸੱਕਿਆ ਜਾਂਦਾ, ਅਤੇ ਅਸੀਂ ਦੋਨਾਂ ਨੇ, ਮੈਂ ਅਤੇ ਮੇਰੀ ਧਰਮ ਪਤਨੀ ਬਲਜੀਤ ਕੌਰ ਨੇ, ਅਸੀਂ ਪੈਰੀ ਹੱਥ ਲਾਏ, ਅਤੇ ਪਿਤਾ ਜੀ ਨੇ ਦੱਸਿਆ ਵੀ ਇਹ ਸਾਡੀ ਨੂੰਹ ਆ। ਸੋਭਾ ਸਿੰਘ ਕਹਿੰਦੇ ਵੀ ਨੂੰਹ ਰਾਣੀ ਕਿਆ ਕਰੋ, ਅਤੇ ਚਲੋ ਉਹ ਅਸੀਂ ਬੈਠੇ ਗੱਲਾਂ ਬਾਤਾਂ ਕੀਤੀਆਂ, ਚਾਹ ਪਾਣੀ ਪੀਤਾ, ਅਤੇ ਜਾਣ ਲੱਗੇ, ਇਹ ਸੋਭਾ ਸਿੰਘ ਦੀ ਵਡਿਆਈ ਆ ਵੀ ਉਹ ਜਾਣ ਲੱਗੇ, ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਦੋਨਾਂ ਤੋਂ ਅੱਜ ਬਹੁਤ ਕੁਝ ਸਿੱਖ ਕੇ ਚੱਲਿਆ। ਵਾਹ ਵੱਡੀ ਗੱਲ ਹੈ, ਹਾਂ, ਇਹ ਇੰਨਾ ਵੱਡਾਪਣ ਚਾਹੀਦਾ ਤਾਂ ਸਾਨੂੰ ਵੀ ਮਾਣ ਆ ਕਿ ਅਸੀਂ ਅੱਜ ਉਹਨਾਂ ਦੇ ਨਾਲ ਬੈਠੇ ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਆ, ਪਰ ਅਸੀਂ ਜਿਨ੍ਹਾਂ ਬਾਰੇ ਪੜ੍ਹਦੇ ਗੁੜਦੇ ਹਾਂ ਸਹਿਤ ਲਈ ਜਿਹੜੀ ਤੁਸੀਂ ਛਪੀਆਂ ਹੈ ਉਹਦੀ ਕਿਤਾਬ ਵੀ ਛਪੀ ਆ, ਜੇ ਸਪੋਜ਼ ਕਰੋ ਮੇਰੇ ਵਰਗਾ ਜਾਂ ਕੋਈ ਹੋਰ ਵੀ ਜਿਨ੍ਹਾਂ ਨੂੰ ਅਜੇ ਇਸ ਗੱਲ ਦੀ ਨਹੀਂ ਸਮਝ ਇਹਨਾਂ ਬਾਰੇ ਜਾਂ ਉਹਨਾਂ ਨੇ ਜਾਣਨਾ ਪਏ, ਉਹ ਕਿਤਾਬ ਅੱਜ ਪ੍ਰਕਾਸ਼ਨ ਕਿਹਦੇ ਅੰਦਰ ਛਪੀ ਹੋਈ ਹੈ ਅਤੇ ਉਹਦਾ ਪੂਰਾ ਨਾਮ ਕੀ ਹੈ? ਉਹ ਚੰਡੀਗੜ੍ਹ ਦੇ ਲੋਕ ਗੀਤ ਪ੍ਰਕਾਸ਼ਨ ਜਿਹੜੇ ਯੂਨੀ ਸਟਾਰ ਬੁੱਕਸ ਕਰਕੇ ਵੀ ਜਾਣੇ ਜਾਂਦੇ ਨੇ, ਉਹਨਾਂ ਨੇ ਛਾਪੀ ਆ, ਔਰ ਉਹਦਾ ਨਾਮ ਹੈਗਾ ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਸ਼ਾਹਕਾਰ। ਬਹੁਤ ਹੀ ਖੂਬਸੂਰਤ ਕਿਤਾਬ ਉਹਨਾਂ ਨੇ ਛਾਪੀ, ਉਹਦੇ ਵਿੱਚ ਜਿਹੜੇ ਕਲਾਕਾਰ ਨੇ ਉਹਨਾਂ ਦੀਆਂ ਤਸਵੀਰਾਂ ਵੀ ਨੇ, ਜਨਮ ਸਨ ਕਿੰਨੇ ਤੋਂ ਕਿੰਨੇ ਤੱਕ ਮਤਲਬ ਜੀਵਨ ਯਾਤਰਾ ਉਹਨਾਂ ਦੀ ਰਹੀ, ਔਰ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਦਾ ਜ਼ਿਕਰ ਹੈ ਕਿਤਾਬ ਦੇ ਵਿੱਚ ਉਹ ਵੀ ਛਾਪੀਆਂ ਨੇ, ਰੰਗਦਾਰ ਛਾਪੀਆਂ ਨੇ। ਇੱਕ ਤਰ੍ਹਾਂ ਵੀ ਤੁਸੀਂ ਪੂਰਾ ਲਿਟਰੇਚਰ ਉਹ ਇੱਕ ਤਰ੍ਹਾਂ ਸੇਵ ਕਰਕੇ ਰੱਖ ਦਿੱਤਾ ਗਿਆ ਵੀ ਆਉਣਾ ਨਹੀਂ, ਕਿਉਂਕਿ ਇੱਕ ਪੱਖ ਮੈਂ ਉਹੀ ਸੋਚਦਾ ਨਾ ਵੀ ਜਿਹੜੀ ਇੱਕ ਕਲਾ ਹੈ ਜਾਂ ਕੋਈ ਤਸਵੀਰ ਆ ਉਹਦੇ ਪਿੱਛੇ ਬਹੁਤ ਸਟੱਡੀ ਕਰਨੀ ਪੈਂਦੀ ਹੈ ਵੀ ਕਈ ਕਈ ਕਿਤਾਬਾਂ ਪੜ੍ਹ ਕੇ, ਕਿਉਂਕਿ ਖਾਸ ਕਰਕੇ ਜਦ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਬਿਲਕੁਲ ਵੀ ਇੱਕ ਨਿੱਕੀ ਨਿੱਕੀ ਗੱਲ
ਨੂੰ ਬੜਾ ਪੁਆਇੰਟ ਆਊਟ ਕਰਨਾ ਪੈਂਦਾ ਵੀ ਜੇ ਕਿਤੇ ਇੰਨੀ ਕੁ ਰਹਿ ਜਾਂਦਾ ਫਿਰ ਬੰਦਾ ਕਹਿੰਦਾ ਵੀ ਨਹੀਂ ਕਿਤੇ ਨਾ ਕਿਤੇ ਮਨ ਦੀ ਸੰਤੁਸ਼ਟੀ ਨਹੀਂ ਆਪਣੀ ਰਹਿੰਦੀ ਉਸ ਗੱਲ ਨੂੰ ਲੈ ਕੇ। ਤੇ ਨਿੱਜੀ ਤੌਰ ਤੇ ਤੁਸੀਂ ਕੀ ਸਮਝਦੇ ਵੀ ਜਿਹੜੀ ਅੱਜ ਦੀ ਅਜੋਕੀ ਚਿੱਤਰਕਾਰੀ ਆ ਵੀ ਉਹਨੂੰ ਜੇ ਤੁਸੀਂ ਪੁਰਾਣੀ ਚਿੱਤਰਕਾਰੀ ਆ ਅੱਜ ਦੀ ਕੰਪੈਰੀਜ਼ਨ ਕਰਦੇ ਆ ਵੀ ਅੱਜ ਪੰਜਾਬ ਦੀ ਚਿੱਤਰਕਾਰੀ ਕਿੱਥੇ ਖੜੀ ਆ, ਤੇ ਤੁਸੀਂ ਕੀ ਸੋਚਦੇ ਹੋ ਵੀ ਅੱਜ ਇੱਕ ਹੈਲਥੀ ਵਿੱਚ ਖੜੀ ਆ ਕਿ ਇਹਦੇ 'ਚ ਵੀ ਹਜੇ ਇਹਨੂੰ ਨਿਗਾਰ ਵੱਲ ਨੂੰ ਜਾ ਰਹੀ ਆ, ਕੀ ਤੁਸੀਂ ਕੀ ਸੋਚਦੇ ਹੋ? ਉਹ ਇਸ ਤਰ੍ਹਾਂ ਕਿ ਜਿਹੜੇ ਉਹ ਦੋ ਕਿਸਮ ਦੀਆਂ ਟਰੈਂਡ ਚੱਲ ਰਹੀਆਂ ਨੇ, ਇੱਕ ਤਾਂ ਜਿਹੜਾ ਵੀ ਰਿਅਲਿਸਟਿਕ ਟਰੈਂਡ ਜਿਹਦੇ ਵਿੱਚ ਕਿ ਅਸੀਂ ਜਿਵੇਂ ਸਰਦਾਰ ਸੋਭਾ ਸਿੰਘ ਜਾਂ ਸਰਦਾਰ ਕਿਰਪਾਲ ਸਿੰਘ ਉਹਨਾਂ ਦੀ ਟਰੈਡੀਸ਼ਨ ਨੂੰ ਅੱਗੇ ਅਸੀਂ ਤੋਰ ਰਹੇ ਹਾਂ ਜੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਚਿੱਤ ਰਹੇ। ਔਰ ਦੂਜਾ ਹੈਗਾ ਵੀ ਜਿਹੜਾ ਉਹਦੇ ਪੈਰਲਲ ਹੀ ਜਿਹਨੂੰ ਕੰਟੈਂਪਰੇਰੀ ਆਰਟ ਕਹਿ ਲੈਂਦੇ ਜਾਂ ਮਾਡਰਨ ਆਰਟ ਕਹਿ ਲੈਂਦੇ, ਨੋਨ ਰਿਪ੍ਰੈਜੈਂਟੇਸ਼ਨਲ ਆਰਟ, ਦੋਨਾਂ ਦੇ ਵਿੱਚ ਮਤਲਬ ਕੰਮ ਕਰ ਰਿਹਾ। ਔਰ ਕਈ ਨਵੇਂ ਬੱਚੇ ਮੁੰਡੇ ਜਾਂ ਨੌਜਵਾਨ ਬਹੁਤ ਕਈ ਬਹੁਤ ਵਧੀਆ ਕੰਮ ਕਰ ਰਹੇ ਨੇ। ਅਤੇ ਪਰ ਉਹਦੇ 'ਚ ਇੱਕ ਥੋੜ੍ਹੀ ਜਿਹੀ ਮੈਂ ਇਹ ਸਮਝਦਾ ਵੀ ਉਹ ਜਿਹੜੇ ਵਿਸ਼ੇ ਪਿਤਾ ਜੀ ਨੇ ਚਿੱਤਰੇ ਜਾਂ ਸਰਦਾਰ ਸੋਭਾ ਸਿੰਘ ਹੋਰਾਂ ਨੇ ਚਿੱਤਰੇ ਉਹਦੇ ਆਲੇ ਦੁਆਲੇ ਹੀ ਘੁੰਮੀ ਜਾਂਦੇ ਨੇ, ਯਾਨੀ ਐਕਸਪੈਰੀਮੈਂਟ ਘੱਟ ਹੋ ਰਿਹਾ। ਨਵਾਂ ਨਵੇਂ ਵਿਸ਼ੇ ਜਾਂ ਨਵੇਂ ਮਤਲਬ ਸਬਜੈਕਟ ਉਹ ਨਹੀਂ ਚਿੱਤਰੇ ਜਾ ਰਹੇ ਬਹੁਤੇ। ਜਿੱਦਾਂ ਅੱਜ ਦੀ ਆਪਾਂ ਜੇ ਗੱਲ ਕਰੀਏ, ਜਿੱਦਾਂ ਅੱਜ ਅਸੀਂ ਮਿਊਜ਼ੀਅਮ ਦੇ ਵਿੱਚ ਗਏ, ਉਹਦੇ ਵਿੱਚ ਇੱਕ ਮੂਸਾ ਉਹਨਾਂ ਦੀ ਇੱਕ ਪੇਂਟਿੰਗ ਆਪਾਂ ਦੇਖੀ ਨਾ, ਬਰਥ ਆਫ ਮੋਸੇ, ਉਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਕਹਾਣੀ ਸੀ ਨਾ, ਹੈ ਨਾ, ਵੀ ਜਿੱਦਾਂ ਵੀ ਇੱਕ ਵਾਰ ਬਣ ਗਈ ਹੈ ਅਤੇ ਉਹਦੇ ਬਾਰੇ ਦੱਸਣਾ ਨਹੀਂ ਪੈਂਦਾ। ਅਤੇ ਤੁਹਾਨੂੰ ਨਹੀਂ ਲੱਗਦਾ ਵੀ ਇੱਦਾਂ ਦੀ ਇੱਕ ਕਹਾਣੀ ਛਾਪ ਜਿਹੜੀਆਂ ਤਸਵੀਰਾਂ ਸਾਡੇ ਵਿੱਚ ਘੱਟ ਨੇ? ਬਿਲਕੁਲ, ਜਿਸ ਤਰ੍ਹਾਂ ਦਾ ਪਿਤਾ ਜੀ ਨੇ ਕੰਮ ਕੀਤਾ ਜਾਂ ਉਸ ਤੋਂ ਬਾਅਦ ਸਰਦਾਰ ਦਵਿੰਦਰ ਸਿੰਘ ਹੋਰਾਂ ਨੇ ਕੀਤਾ, ਜਾਂ ਚਲੋ ਮੈਂ ਉਸੇ ਲੜੀ 'ਚ ਅੱਗੇ ਕੰਮ ਕਰ ਰਿਹਾ, ਉਹਦੇ 'ਚ ਅੱਗੇ ਕੋਈ ਬਹੁਤਾ ਜਿਹੜਾ ਕੰਮ ਮਤਲਬ ਵਧੀਆ ਔਰ ਉਹ ਉਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ, ਹੋ ਰਿਹਾ ਜਿਹੋ ਜਿਹਾ ਹੋਣਾ ਚਾਹੀਦਾ ਆ। ਉਹਦੇ 'ਚ ਮੈਂ ਸਮਝਦਾ ਵੀ ਕਲਾਕਾਰ ਸਟੱਡੀ ਨਹੀਂ ਕਰਦੇ ਉਸ ਟਾਈਮ ਦੇ ਅਸਤਰ ਸ਼ਸਤਰ ਬਸਤਰ ਘੋੜੇ ਮਨੁੱਖਾਂ ਦੇ ਡੀਲ ਡੋਲ ਉਹੋ ਜਿਹੇ ਨਹੀਂ ਬਣਾਉਂਦੇ, ਉਹ ਵੀ ਤਸਵੀਰਾਂ ਇਸ ਤਰ੍ਹਾਂ ਦੀਆਂ ਮਤਲਬ ਅਸਲੀਅਤ ਜੀ ਨਹੀਂ ਲੱਗਦੀ ਉਹਨਾਂ ਦੇ, ਅਸਲੀਅਤ ਨਹੀਂ ਝਲਕਦੀ, ਉਹ ਜਿਵੇਂ ਇੱਕ ਡਰਾਮੇ ਦਾ ਸੀਨ ਹੁੰਦਾ ਉਸ ਤਰ੍ਹਾਂ ਦਾ ਮਹਿਸੂਸ ਹੁੰਦਾ ਵੀ ਉਹ ਸਦਾ ਤੇ ਸਥਾਨ ਹੂ ਹੂ ਉੱਥੇ ਤੁਹਾਨੂੰ ਲਿਜਾ ਕੇ ਖੜਾ ਕਰ ਦੇਵੇ ਕਲਾਕਾਰ, ਉਹੋ ਜਿਹਾ ਪ੍ਰਭਾਵ ਨਹੀਂ ਪੈਂਦਾ। ਸੋ ਜਿਹੜੀ ਪਹਿਲਾਂ ਵੀ ਗੱਲ ਚੱਲ ਰਹੀ ਸੀ ਆਪਣੀ ਔਫ ਏਅਰ ਹਰਜੋਤ ਜੀ ਅਤੇ ਬੰਦਾ ਬਹਾਦਰ ਜਰਨੈਲ ਸਾਡਾ, ਹਾਂਜੀ, ਜਦੋਂ ਉਹਨਾਂ ਦੀ ਗੱਲ ਚੱਲਦੀ, ਜਿਹੜਾ ਉਹਨਾਂ ਦਾ ਜਲੌ ਆ ਖਾਸ ਤੌਰ 'ਤੇ, ਹਾਂਜੀ, ਘੋੜੇ ਨੂੰ ਘੋੜੇ 'ਤੇ ਸਵਾਰ ਹੋਣ ਤੋਂ ਪਹਿਲਾਂ, ਇਸੇ ਤਰ੍ਹਾਂ ਬਾਬਾ ਦੀਪ ਸਿੰਘ ਹੁਣੀ ਜਦੋਂ ਵੰਗਾਰਦੇ ਆ, ਔਖੀ ਜਾਪਦੀ ਆ ਹੁਣ ਅੱਜ ਦੇ ਸਮੇਂ 'ਚ। ਉਹ ਪਿਤਾ ਜੀ ਇੱਕ ਗੱਲ ਕਿਹਾ ਕਰਦੇ ਸੀ, ਉਹ ਕਹਿੰਦੇ ਵੀ ਮੈਨੂੰ ਤਿੰਨ ਤਿੰਨ ਚੀਜ਼ਾਂ ਹੀ ਚਿੱਤਰ ਨਹੀਂ ਆਉਂਦੀਆਂ, ਪੁਰਾਤਨ ਸਿੰਘ, ਘੋੜੇ ਤੇ ਮੁਸਲਮਾਨ, ਜੇ ਤੁਸੀਂ ਉਹਨਾਂ ਦੇ ਸਾਰੇ ਚਿੱਤਰ ਧਿਆਨ ਕਰੋ ਤਾਂ ਉਹ ਉਸੇ 18ਵੀਂ ਸਦੀ ਦਾ ਜਿਹੜਾ ਜੋ ਪਹਿਰਾਵਾ ਸੀ ਉਹਨਾਂ ਦਾ, ਜੋ ਗੈਟਅਪ ਸੀ, ਤਾਂ ਉਹ ਰੀਕ੍ਰੀਏਟ ਹੋ ਜਾਂਦਾ ਤੁਹਾਡੇ ਸਾਹਮਣੇ, ਸਾਕਾਰ ਹੋ ਜਾਂਦਾ ਉਹਨਾਂ ਦੇ ਚਿੱਤਰਾਂ ਨੂੰ। ਵੈਸੇ ਵੀ ਇਤਿਹਾਸਿਕ ਜਿਹੜੀ ਕੋਈ ਪਿਕਚਰ ਆ ਉਹਦੇ ਸੰਕੇਤਕ ਹੁੰਦੇ ਆ, ਜਿੱਦਾਂ ਹੁਣ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਲਵਾਰ ਤੋਂ ਬਿਨਾਂ ਨਹੀਂ ਦੇਖ ਸਕਦੇ, ਜਿੱਦਾਂ ਹੁਣ ਪਿੱਛੇ ਗੱਲ ਚੱਲਦੀ ਜੇ ਬਾਬਾ ਬੋਤਾ ਸਿੰਘ ਤੇ ਗਰਜਾ ਹੋਣਾ ਬਾਰੇ ਜਿਹੜੀ ਉਹ ਫੋਟੋ ਬਣਾਈ ਗਈ ਆ, ਉਹ 'ਚ ਜੇ ਚਾਹੁੰਦੇ ਲੀੜੇ ਜਾਂ ਕੱਪੜੇ ਪਵਾ ਸਕਦੇ ਸੀਗੇ, ਪਰ ਜੋ ਡੀਲ ਡੋਲ ਦਿਖਾਇਆ ਵੀ ਉਹ ਕਿੱਦਾਂ ਜੰਗਲਾਂ ਵਿੱਚ ਆਵਾਯਾਰ ਨੂੰ ਜਿੱਦਾਂ ਵਿਚਰਦੇ ਸਨ ਜਾਂ ਉਸ ਫਕੀਰੀ ਵਿੱਚ ਵਿਚਰਦੇ ਸਨ, ਹੱਥ ਵਿੱਚ ਜੋ ਹਥਿਆਰ ਸ਼ਸਤਰ ਸੀਗੇ ਵੀ ਉਹਨਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਆਪਾਂ ਜੇ ਬਾਬਾ ਦੀਪ ਸਿੰਘ ਹੋਣਾ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਲਕੀਰ ਦੇ ਪਰਲੇ ਪਾਸੇ ਲੋਕ ਖੜੇ ਨੇ, ਜੇ ਉਹਨਾਂ ਦਾ ਪਹਿਰਾਵਾ ਤੁਸੀਂ ਦੇਖੋਗੇ ਵੀ ਉਹ ਇੱਕ ਤਰ੍ਹਾਂ ਨੰਗੇ ਪੈਰ ਖੜੇ ਨੇ, ਉਹਨਾਂ ਦੇ ਸਾਫੇ ਲਟਕ ਰਹੇ ਨੇ ਤੇ ਨੰਗੇ ਧੜ ਖੜੇ ਨੇ, ਤੇ ਤੁਸੀਂ ਉਹਨਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਇੱਕ ਆਮ ਲੋਕ ਨੇ ਤੇ ਉਹ ਲੜਨ ਨੂੰ ਜਾ ਰਹੇ, ਉਹ ਜਿਹੜੀ ਇੱਕ ਜਿਹੜੀ ਉਹ ਇੱਕ ਦ੍ਰਿਸ਼ ਇਤਿਹਾਸ ਦਾ ਕਰਨਾ ਨਾ, ਕਈ ਵਾਰ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਆ ਜ਼ਿਆਦਾ ਆਪਾਂ ਇਹਨਾਂ ਨੂੰ ਦੇਖਦੇ ਹਾਂ ਤਾਂ ਉਹ ਆਪਣੇ ਆਪ ਇੱਕ ਕਹਾਣੀ ਦਿਮਾਗ ਵਿੱਚ ਫੋਨ ਲੱਗ ਜਾਂਦੀ ਹੈ ਵੀ ਰਹਿ ਦੈਨ, ਜਿੱਦਾਂ ਇੱਕ ਪੋਰਟਰੇਟ ਚੀਜ਼ ਨੂੰ ਦੇਖੀਏ ਉਹ ਇੱਕ ਸਿਰਫ ਇੱਕ ਆਦਮੀ ਉਹਨੂੰ ਵਿਸ਼ੇਸ਼ ਤੌਰ 'ਤੇ ਦਿਖਾਇਆ ਜਾਂਦਾ, ਪਰ ਜ਼ਿਆਦਾ ਆਪਾਂ ਜਿੱਦਾਂ ਕੋਈ ਜੰਗਾਂ ਯੁੱਧਾਂ ਦੇ ਜਾਂ ਕਿਸੇ ਨੂੰ ਮੈਂ ਕਹਿੰਦਾ ਵੀ ਜਾਂ ਸਮਾਂ ਪਟਾਊ ਚੀਜ਼ਾਂ ਦੇਖਦੇ ਹਾਂ ਤਾਂ ਉਹ ਆਪਣੇ ਆਪ ਵਿੱਚ ਇੱਕ ਕਹਾਣੀ ਹੈ, ਕਿਉਂਕਿ ਜਿਹੜੀਆਂ ਮੈਂ ਕਹਿੰਦਾ ਜੇ ਸਰਦਾਰ ਕਿਰਪਾਲ ਸਿੰਘ ਉਹਨਾਂ ਦੀ ਗੱਲ ਕਰੀਏ ਵੀ ਮੈਨੂੰ ਚੇਤਾ ਵੀ ਅਨੰਦਪੁਰ ਸਾਹਿਬ ਦੇ ਵਿੱਚ ਵਿਚਰਦੇ ਅੱਜ ਤੋਂ 15 ਸਾਲ ਪਹਿਲਾਂ ਮੈਂ
ਖੂਨ ਸ਼ਹੀਦਾਂ ਦਾ ਕਰਕੇ ਸਿੱਖ ਮਿਸ਼ਨਰੀ ਵੱਲੋਂ ਛਪਦੀ ਕਿਤਾਬ ਲਈ ਸੀਗੀ ਕਿਆ ਤੇ ਮੈਨੂੰ ਬਾਤ ਬਾਅਦ ਵਿੱਚ ਪਤਾ ਲੱਗਾ ਵੀ ਸਾਰੇ ਚਿੱਤਰ ਸਨ ਉਹਨਾਂ ਦੇ ਬਣਾਏ ਹੋਏ ਵਿੱਚ ਛਾਪੇ ਗਏ ਸਨ ਕਿਉਂਕਿ ਉਹਨਾਂ ਨੇ ਅਰਦਾਸ ਦੀ ਇੱਕ ਬੜੀ ਲੜੀ ਚਲਾਈ ਸੀਗੀ ਤੇ ਉਹਦੇ ਵਿੱਚ ਜਿੱਦਾਂ ਜਿੱਦਾਂ ਪੜ੍ਹਦੇ ਹਾਂ ਤਾਂ